ਪਿਤਾ ਨੇ ਪਿੰਡ ਦੇ ਵਿੱਚ ਕਿਸੇ ਧਨਾੜ ਦਾ ਪੈਸਾ ਬਕਾਇਆ ਦੇਣਾ ਸੀ ਵਾਪਸ, ਤਾਂ ਪਿਤਾ ਨਹੀਂ ਦੇ ਸਕਿਆ ਪੈਸੇ, ਤਾਂ ਬਦਮਾਸ਼ਾਂ ਨੇ ਘਰ ਦੇ ਵਿੱਚ ਆ ਕੇ 4 ਗੋਲੀਆਂ ਚਲਾ ਦਿੱਤੀਆਂ ਤੇ 4 ਦੇ ਵਿੱਚੋਂ ਇੱਕ ਗੋਲੀ ਜਾ ਕੇ ਇੱਕ 8 ਸਾਲ ਦੇ ਬੱਚੇ ਦੇ ਲੱਗੀ, ਜਿਸ ਕਰਕੇ ਹਸਪਤਾਲ ਦੇ ਵਿੱਚ ਭਰਤੀ ਹੋਣਾ ਪਿਆ ਉਸ ਬੱਚੇ ਨੂੰ, ਮਾਸੂਮ ਨੂੰ। 8 ਸਾਲ ਦਾ ਬੱਚਾ ਏ, ਲੱਤ 'ਤੇ ਗੋਲੀ ਵੱਜੀ ਹੈ ਅਤੇ ਹਸਪਤਾਲ ਦੇ ਵਿੱਚ ਦਾਖਲ ਹੈ। ਤਾਂ ਦੱਸ ਦਈਏ ਕਿ ਮਾਮਲਾ ਅੰਮ੍ਰਿਤਸਰ ਦੇ ਬਸਰਾਣੇ ਭੈਣੀ ਪਿੰਡ ਤੋਂ ਸਾਹਮਣੇ ਆ ਰਿਹਾ ਏ, ਜਿੱਥੇ ਪੈਸੇ ਦੇ ਲੈਣ ਦੇਣ ਨੂੰ ਲੈ ਕੇ 5 ਰੋਪੀਆਂ ਨੇ ਗੋਲੀ ਚਲਾ ਦਿੱਤੀ ਅਤੇ ਗੋਲੀ 8 ਸਾਲ ਦੇ ਬੱਚੇ ਨੂੰ ਲੱਗੀ, ਜਿਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਏ। ਬੱਚੇ ਦੀ ਮਾਂ ਹਰਵਿੰਦਰ ਕੌਰ ਦਾ ਕਹਿਣਾ ਹੈ ਕਿ ਉਹਨਾਂ ਦੇ ਪਤੀ ਦਾ ਕਿਸੇ ਰਾਜਾ ਨਾਮ ਦੇ ਸ਼ਖਸ ਨਾਲ ਪਿੰਡ ਦੇ ਵਿੱਚ, ਜੋ ਕਿ ਪਿੰਡ ਦਾ ਹੀ ਰਹਿਣ ਵਾਲਾ ਏ, ਉਸ ਦੇ ਨਾਲ ਪੈਸੇ ਦਾ ਲੈਣ ਦੇਣ ਸੀ। ਪੈਸੇ ਦੇਣ 'ਚ ਦੇਰੀ ਹੋਈ ਤਾਂ ਆਰੋਪੀ 5 ਜਣਿਆਂ ਨੂੰ ਲੈ ਕੇ ਉਹਨਾਂ ਦੇ ਘਰ ਦੇ ਵਿੱਚ ਵੜ ਗਿਆ। ਰਾਜਾ ਅਤੇ ਉਸਦੇ ਸਾਥੀਆਂ ਨੂੰ ਜਲਦ ਪੈਸੇ ਦੇਣ ਦਾ ਪਰਿਵਾਰ ਵੱਲੋਂ ਵਾਅਦਾ ਵੀ ਕੀਤਾ ਗਿਆ, ਪਰ ਉਸਨਾਂ ਨੇ ਫਿਰ ਵੀ 4 ਰੌਂਦ ਫਾਇਰ ਕਰ ਦਿੱਤੇ, ਜਿਨ੍ਹਾਂ ਦੇ ਵਿੱਚੋਂ ਇੱਕ ਗੋਲੀ ਮੁੰਡੇ ਦੇ ਪੈਰ 'ਤੇ ਵੱਜੀ। 8 ਸਾਲਾਂ ਦਾ ਬੱਚਾ ਏ, ਉਸਦੇ ਪੈਰ ਦੇ ਵਿੱਚ ਗੋਲੀ ਲੱਗੀ ਹੈ। ਆਓ ਉਸਦੀ ਮਾਂ ਦਾ ਕੀ ਕਹਿਣਾ ਹੈ, ਕਿਹੜਾ ਸ਼ਖਸ ਸੀ, ਕਿਹੜਾ ਧਨਾੜ ਸੀ ਜਿਸਨੇ ਇੰਨਾ ਵੱਡਾ ਕਦਮ ਚੁੱਕਿਆ, ਇੰਨਾ ਵੱਡਾ ਖੌਫਨਾਕ ਘਾਰਾ ਕੀਤਾ ਹੈ ਕਿ 8 ਸਾਲਾਂ ਦੇ ਬੱਚੇ ਨੂੰ ਜ਼ਖਮੀ ਕਰ ਦਿੱਤਾ ਹੈ। ਮੇਰਾ ਨਾਂ ਹਰਵਿੰਦਰ ਕੌਰ ਆ, ਬਾਸਰ ਕੇ ਭੈਣੀ ਦੇ ਅਸੀਂ ਰਹਿਣ ਵਾਲੇ ਹਾਂ ਅਤੇ ਇਹਨਾਂ ਦੇ ਪਿਤਾ ਨਾਲ ਪੈਸਿਆਂ ਦਾ ਲੈਣ ਦੇਣ ਸੀ ਅਤੇ ਪਰ ਕਿਨਾਂ ਦਾ ਘਰ ਆਣ ਕੇ ਗੋਲੀਆਂ ਚਲਾ ਕੇ ਗਏ ਆ। ਅਸੀਂ ਕਿਹਾ ਵੀ 1-2 ਦਿਨਾਂ ਤੱਕ ਪੈਸੇ ਦੇ ਦਾਂਗੇ, ਪਰ ਉਹਨਾਂ ਨੇ ਸੁਣੀ ਵੀ ਉਹ ਆਉਂਦੇ ਆ ਡੈ ਪਏ ਗੋਲੀਆਂ ਚਲਾਉਣ। ਕਿੰਨੇ ਜਣੇ ਆਏ ਸੀ? 5 ਜਣੇ ਸੀ, ਮੇਨ ਬੰਦਾ ਰਾਜਾ ਹੀ ਆ। ਕਿੰਨੀਆਂ ਗੋਲੀਆਂ ਚੱਲੀਆਂ? 4 ਗੋਲੀਆਂ ਚੱਲੀਆਂ। ਗੋਲੀ ਕਿਸੇ ਦੇ ਲੱਗੀ ਵੀ ਹੈ? ਹਾਂਜੀ, ਮੇਰੇ ਬੱਚੇ ਦੇ ਲੱਗੀ, 8 ਸਾਲ ਦਾ ਬੱਚਾ ਮੇਰਾ, ਉਹਦੀ ਲੱਤ 'ਚ ਲੱਗੀ ਆ ਗੋਲੀ। ਪੁਲਿਸ ਪ੍ਰਸ਼ਾਸਨ ਨੂੰ ਰਿਪੋਰਟ ਕੀਤੀ ਹੈ? ਹਾਂਜੀ ਕੀਤੀ ਆ, ਇੱਕ ਮੌਕੇ 'ਤੇ ਫੜਾਤਾ ਇਹ ਬੰਦਾ, ਬਾਕੀ ਭੱਜ ਗਏ ਇਹ। ਮੰਗ ਕੀ ਕਰਦੇ ਹੋ? ਮੰਗ ਇਹ ਕਰਦੇ ਕਿ ਛੇਤੀ ਤੋਂ ਛੇਤੀ ਸਾਨੂੰ ਇਨਸਾਫ ਦਿਵਾਇਆ ਜਾਵੇ। ਮੇਰਾ ਨਾਮ ਗੁਰਜਨ ਸਿੰਘ ਹੈ, ਬਾਸਰ ਕੇ ਭੈਣ ਦਾ ਰਹਿਣ ਵਾਲਾ ਮੈਂ। ਕੀ ਘਟਨਾ ਵਾਪਰੀ ਹੈ? ਘਟਨਾ ਕੋਈ ਨਹੀਂ, ਭਰਾ ਦੇ ਵੱਡੇ ਨਾਲ ਪੈਸਾ ਨਾਲ ਲੈਣ ਦੇਣ ਸੀਗਾ ਅਤੇ ਭਰਾ ਵੱਡਾ ਘਰੇ ਨਹੀਂ ਸੀਗਾ ਅਤੇ ਘਰ ਆਏ 3-4 ਆਣ ਪਛਾਤੇ, ਇੱਕ ਦਾ ਨਾਮ ਰਾਜਾ ਅਤੇ ਨਾਨ ਪਛਾਤੇ ਨੇ ਅਤੇ ਆ ਕੇ ਭਤੀਜੇ ਦੇ ਗੋਲੀਆਂ ਚਲਾ ਕੇ ਗਏ ਨੇ। ਗੋਲੀ ਕਿੱਥੇ ਵੱਜੀ? ਗੋਲੀ ਲੱਤ 'ਚ ਵੱਜੀ ਨੇ, ਸਾਈਡ 'ਤੇ, ਤੁਹਾਡੇ ਭਤੀਜੇ ਦੇ। ਹਾਂਜੀ। ਮੰਗ ਕੀ ਕਰਦੇ ਪ੍ਰਸ਼ਾਸਨ? ਮੰਗ ਇਹੀ, ਜਿਹੜੇ 3 ਫਰਾਰ ਆ ਉਹ ਗ੍ਰਿਫਤਾਰ ਕੀਤੇ ਜਾਣ ਅਤੇ ਇਨਸਾਫ ਦਵਾਇਆ ਜਾਵੇ। ਕਿਸੇ ਨੂੰ ਫੜਿਆ ਵੀ ਗਿਆ? ਇੱਕ ਨੂੰ ਫੜਿਆ ਸੀਗਾ ਅਤੇ ਲਾਗੋ ਬਾਅਦ ਵਿੱਚ ਆਂਢ ਗੁਆਂਢ ਨੇ ਆ ਕੇ ਅਤੇ ਮਤਲਬ ਕਿ ਕੁੱਟਮਾਰ ਕੀਤੀ ਉਹਦੇ ਨਾਲ। ਰਿਪੋਰਟ ਹੋਈ ਪੁਲਿਸ ਪ੍ਰਸ਼ਾਸਨ ਵੱਲੋਂ? ਹਾਂ ਹੋਈ ਹੈ। ਕਿੰਨੇ ਫਾਇਰ ਕੀਤੇ ਸੀਗੇ? 4 ਫਾਇਰ ਕੀਤੇ ਸੀਗੇ, ਜਿਹਦੇ ਪਹਿਲਾਂ ਮੁੰਡੇ ਨੇ ਕੀਤਾ ਜਿਹਨੂੰ ਕਿ ਕੁੱਟਮਾਰ ਕਰਕੇ ਪੁਲਿਸ ਪ੍ਰਸ਼ਾਸਨ ਦੇ ਦਿੱਤਾ ਗਿਆ। ਪਿਤਾ ਨੇ ਪਿੰਡ ਦੇ ਵਿੱਚ ਕਿਸੇ ਧਨਾੜ ਦਾ ਪੈਸਾ ਬਕਾਇਆ ਦੇਣਾ ਸੀ ਵਾਪਸ, ਤਾਂ ਪਿਤਾ ਨਹੀਂ ਦੇ ਸਕਿਆ ਪੈਸੇ, ਤਾਂ ਬਦਮਾਸ਼ਾਂ ਨੇ ਘਰ ਦੇ ਵਿੱਚ ਆ ਕੇ 4 ਗੋਲੀਆਂ ਚਲਾ ਦਿੱਤੀਆਂ ਅਤੇ 4 ਦੇ ਵਿੱਚੋਂ ਇੱਕ ਗੋਲੀ ਜਾ ਕੇ ਇੱਕ 8 ਸਾਲ ਦੇ ਬੱਚੇ ਦੇ ਲੱਗੀ, ਜਿਸ ਕਰਕੇ ਹਸਪਤਾਲ ਦੇ ਵਿੱਚ ਭਰਤੀ ਹੋਣਾ ਪਿਆ ਉਸ ਬੱਚੇ ਨੂੰ, ਮਾਸੂਮ ਨੂੰ। 8 ਸਾਲ ਦਾ ਬੱਚਾ ਏ, ਲੱਤ 'ਤੇ ਗੋਲੀ ਵੱਜੀ ਹੈ ਅਤੇ ਹਸਪਤਾਲ ਦੇ ਵਿੱਚ ਦਾਖਲ ਹੈ। ਤਾਂ ਦੱਸ ਦਈਏ ਕਿ ਮਾਮਲਾ ਅੰਮ੍ਰਿਤਸਰ ਦੇ ਬਸਰਾਣੇ ਭੈਣੀ ਪਿੰਡ ਤੋਂ ਸਾਹਮਣੇ ਆ ਰਿਹਾ ਏ, ਜਿੱਥੇ ਪੈਸੇ ਦੇ ਲੈਣ ਦੇਣ ਨੂੰ ਲੈ ਕੇ 5 ਰੋਪੀਆਂ ਨੇ ਗੋਲੀ ਚਲਾ ਦਿੱਤੀ ਅਤੇ ਗੋਲੀ 8 ਸਾਲ ਦੇ ਬੱਚੇ ਨੂੰ ਲੱਗੀ, ਜਿਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਏ। ਬੱਚੇ ਦੀ ਮਾਂ ਹਰਵਿੰਦਰ ਕੌਰ ਦਾ ਕਹਿਣਾ ਹੈ ਕਿ ਉਹਨਾਂ ਦੇ ਪਤੀ ਦਾ ਕਿਸੇ ਰਾਜਾ ਨਾਮ ਦੇ ਸ਼ਖਸ ਨਾਲ ਪਿੰਡ ਦੇ ਵਿੱਚ, ਜੋ ਕਿ ਪਿੰਡ ਦਾ ਹੀ ਰਹਿਣ ਵਾਲਾ ਏ, ਉਸ ਦੇ ਨਾਲ ਪੈਸੇ ਦਾ ਲੈਣ ਦੇਣ ਸੀ। ਪੈਸੇ ਦੇਣ 'ਚ ਦੇਰੀ ਹੋਈ ਤਾਂ ਆਰੋਪੀ 5 ਜਣਿਆਂ ਨੂੰ ਲੈ ਕੇ ਉਹਨਾਂ ਦੇ ਘਰ ਦੇ ਵਿੱਚ ਵੜ ਗਿਆ।
ਰਾਜਾ ਤੇ ਉਸਦੇ ਸਾਥੀਆਂ ਨੂੰ ਜਲਦ ਪੈਸੇ ਦੇਣ ਦਾ ਪਰਿਵਾਰ ਵੱਲੋਂ ਵਾਅਦਾ ਵੀ ਕੀਤਾ ਗਿਆ ਪਰ ਉਸਨਾਂ ਨੇ ਫਿਰ ਵੀ 4 ਰੌਂਦ ਫਾਇਰ ਕਰ ਦਿੱਤੇ ਜਿਨ੍ਹਾਂ ਦੇ ਵਿੱਚੋਂ ਇੱਕ ਗੋਲੀ ਮੁੰਡੇ ਦੇ ਪੈਰ ਤੇ ਵੱਜੀ। 8 ਸਾਲਾਂ ਦਾ ਬੱਚਾ ਹੈ, ਉਸਦੇ ਪੈਰ ਦੇ ਵਿੱਚ ਗੋਲੀ ਲੱਗੀ ਹੈ। ਆਓ ਉਸਦੀ ਮਾਂ ਦਾ ਕੀ ਕਹਿਣਾ ਹੈ, ਕਿਹੜਾ ਸ਼ਖਸ ਸੀ, ਕਿਹੜਾ ਧਨਾੜ ਸੀ ਜਿਸਨੇ ਇੰਨਾ ਵੱਡਾ ਕਦਮ ਚੁੱਕਿਆ, ਇੰਨਾ ਵੱਡਾ ਖੌਫਨਾਕ ਘਾਰਾ ਕੀਤਾ ਹੈ ਕਿ 8 ਸਾਲਾਂ ਦੇ ਬੱਚੇ ਨੂੰ ਜ਼ਖਮੀ ਕਰ ਦਿੱਤਾ ਹੈ। ਮੇਰਾ ਨਾਂ ਹਰਵਿੰਦਰ ਕੌਰ ਆ, ਬਾਸਰ ਕੇ ਭੈਣੀ ਦੇ ਅਸੀਂ ਰਹਿਣ ਵਾਲੇ ਹਾਂ ਅਤੇ ਇਹਨਾਂ ਦੇ ਪਿਤਾ ਨਾਲ ਪੈਸਿਆਂ ਦਾ ਲੈਣ ਦੇਣ ਸੀ ਅਤੇ ਪਰ ਕਿਨਾਂ ਦਾ ਘਰ ਆਣ ਕੇ ਗੋਲੀਆਂ ਚਲਾ ਕੇ ਗਏ ਆ। ਅਸੀਂ ਕਿਹਾ ਵੀ 1-2 ਦਿਨਾਂ ਤੱਕ ਪੈਸੇ ਦੇ ਦਾਂਗੇ ਪਰ ਉਹਨਾਂ ਨੇ ਸੁਣੀ ਵੀ ਉਹ ਆਉਂਦੇ ਆ ਡੈ ਪਏ ਗੋਲੀਆਂ ਚਲਾਉਣ। ਕਿੰਨੇ ਜਣੇ ਆਏ ਸੀ? 5 ਜਣੇ ਸੀ, ਮੇਨ ਬੰਦਾ ਰਾਜਾ ਹੀ ਆ। ਕਿੰਨੀਆਂ ਗੋਲੀਆਂ ਚੱਲੀਆਂ? 4 ਗੋਲੀਆਂ ਚੱਲੀਆਂ। ਗੋਲੀ ਕਿਸੇ ਦੇ ਲੱਗੀ ਵੀ ਹੈ? ਹਾਂਜੀ, ਮੇਰੇ ਬੱਚੇ ਦੇ ਲੱਗੀ, 8 ਸਾਲ ਦਾ ਬੱਚਾ ਮੇਰਾ, ਉਹਦੀ ਲੱਤ 'ਚ ਲੱਗੀ ਆ ਗੋਲੀ। ਪੁਲਿਸ ਪ੍ਰਸ਼ਾਸਨ ਨੂੰ ਰਿਪੋਰਟ ਕੀਤੀ ਹੈ? ਹਾਂਜੀ ਕੀਤੀ ਆ, ਇੱਕ ਮੌਕੇ 'ਤੇ ਫੜਾ ਦਿੱਤਾ ਇਹ ਬੰਦਾ, ਬਾਕੀ ਭੱਜ ਗਏ ਇਹ। ਮੰਗ ਕੀ ਕਰਦੇ ਹੋ? ਮੰਗ ਇਹ ਕਰਦੇ ਕਿ ਛੇਤੀ ਤੋਂ ਛੇਤੀ ਉਹਨੂੰ ਇਨਸਾਫ਼ ਦਿਵਾਇਆ ਜਾਵੇ। ਮੇਰਾ ਨਾਮ ਗੁਰਜਨ ਸਿੰਘ ਹੈ, ਬਾਸਰ ਕੇ ਭੈਣ ਦਾ ਰਹਿਣ ਵਾਲਾ ਮੈਂ। ਕੀ ਘਟਨਾ ਵਾਪਰੀ ਹੈ ਜੀ? ਘਟਨਾ ਕੋਈ ਨਹੀਂ, ਭਰਾ ਦੇ ਵੱਡੇ ਨਾਲ ਪੈਸਾ ਨਾਲ ਲੈਣ ਦੇਣ ਸੀਗਾ ਅਤੇ ਭਰਾ ਵੱਡਾ ਘਰ ਨਹੀਂ ਸੀਗਾ ਅਤੇ ਘਰ ਆਏ 3-4 ਆਣ ਪਛਾਤੇ, ਇੱਕ ਦਾ ਨਾਮ ਰਾਜਾ ਅਤੇ ਨਾਨ ਪਛਾਤੇ ਨੇ ਅਤੇ ਆ ਕੇ ਭਤੀਜੇ ਦੇ ਗੋਲੀਆਂ ਚਲਾ ਕੇ ਗਏ ਨੇ। ਗੋਲੀ ਕਿੱਥੇ ਵੱਜੀ? ਗੋਲੀ ਲੱਤ 'ਚ ਵੱਜੀ ਨੇ ਸਾਈਡ 'ਤੇ। ਤੁਹਾਡੇ ਭਤੀਜੇ ਦੇ? ਹਾਂਜੀ। ਮੰਗ ਕੀ ਕਰਦੇ ਪ੍ਰਸ਼ਾਸਨ? ਮੰਗ ਇਹੀ, ਜਿਹੜੇ 3 ਫਰਾਰ ਆ ਉਹ ਗ੍ਰਿਫਤਾਰ ਕੀਤੇ ਜਾਣ ਅਤੇ ਇਨਸਾਫ਼ ਦਵਾਇਆ ਜਾਵੇ। ਕਿਸੇ ਨੂੰ ਫੜਿਆ ਵੀ ਕਿਉਂ? ਇੱਕ ਨੂੰ ਫੜਿਆ ਸੀਗਾ ਅਤੇ ਲਾਗੋ ਬਾਅਦ ਵਿੱਚ ਆਂਢ ਗੁਆਂਢ ਨੇ ਆ ਕੇ ਅਤੇ ਮਤਲਬ ਕਿ ਕੁੱਟਮਾਰ ਕੀਤੀ ਉਹਦੇ ਨਾਲ। ਰਿਪੋਰਟ ਹੋਈ ਪੁਲਿਸ ਪ੍ਰਸ਼ਾਸਨ ਵੱਲੋਂ? ਹਾਂ ਹੋਈ ਹੈ। ਕਿੰਨੇ ਫਾਇਰ ਕੀਤੇ ਸੀਗੇ? 4 ਫਾਇਰ ਕੀਤੇ ਸੀਗੇ, ਜਿਹਦੇ ਪਹਿਲਾਂ ਮੁੰਡੇ ਨੇ ਕੀਤਾ ਜਿਹਨੂੰ ਕਿ ਕੁੱਟਮਾਰ ਕਰਕੇ ਪੁਲਿਸ ਪ੍ਰਸ਼ਾਸਨ ਦੇ ਦਿੱਤਾ ਗਿਆ।